ਬਰਤਾਨੀਆ ਅਤੇ ਯੂਰਪ ਦੇ ਵਿਚਕਾਰ ਤੋੜ ਵਿਛੋੜੇ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀ ਹੈ। 47 ਵਰ੍ਹਿਆਂ ਦਾ ਰਿਸ਼ਤਾ ਹੁਣ ਟੁੱਟ ਚੁੱਕਾ ਹੈ ਅਤੇ ਨਵੀਂ ਸ਼ੁਰੂਆਤ ਹੋ ਰਹੀ ਹੈ। 1 ਜਨਵਰੀ 1973 ਨੂੰ ਬਰਤਾਨੀ ਯੂਰਪੀ ਸੰਘ ਵਿੱਚ ਸ਼ਾਮਲ ਹੋਇਆ ਸੀ। ਯੂਰਪੀ ਸੰਘ ਦੇ ਗਠਨ ਦਾ ਉਦੇਸ਼ ਵਪਾਰਕ ਸਰਗਰਮੀ ਨੂੰ ਵਧਾਉਣ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਸੀ। 6 ਦੇਸ਼ਾਂ ਨੇ ਇਸ ਗੱਠਜੋੜ ਨੂੰ ਹੌਲੀ ਹੌਲੀ ਵਿਸ਼ਵ ਦੇ ਵੱਡੇ ਗੱਠਜੋੜ ਵਜੋਂ ਜਾਣਿਆ ਜਾਣ ਲੱਗਾ। ਇਸ ਵਿੱਚ ਹੁਣ ਬਰਤਾਨੀਆ ਦੇ ਬਾਹਰ ਹੋ ਜਾਣ ਤੋਂ ਬਾਅਦ 27 ਦੇਸ਼ ਰਹਿ ਗਏ ਨੇ। 2015 ਦੀਆਂ ਚੋਣਾਂ ਦੀ ਸਿਆਸਤ ਤੋਂ ਬਾਅਦ 2016 ਵਿੱਚ ਹੋਏ ਜਨਮਤ ਵਿੱਚ 51.99% ਲੋਕਾਂ ਨੇ ਵੱਖ ਹੋਣ ਅਤੇ 48.11% ਨੇ ਯੂਰਪ ਵਿੱਚ ਟਿਕੇ ਰਹਿਣ ਲਈ ਫੈਸਲਾ ਦਿੱਤਾ। ਨਵੇਂ ਸਮਝੌਤੇ ਦੇ ਤਹਿਤ 1 ਜਨਵਰੀ 2021 ਤੋਂ ਟੈਰਿਫ ਮੁਕਤ ਵਪਾਰ ਹੋਵੇਗਾ। ਕਿਸੇ ਵੀ ਵਸਤੂ 'ਤੇ ਵਾਧੂ ਟੈਕਸ ਨਹੀਂ ਹੋਵੇਗਾ ਅਤੇ ਨਾ ਹੀ ਖਰੀਦੋ ਫਰੋਖਤ ਕਰਨ ਲਈ ਕੋਈ ਮਾਤਰਾ ਨਿਰਧਾਰਿਤ ਕੀਤਾ ਜਾਵੇਗਾ। ਸਰਹੱਦਾਂ 'ਤੇ ਕਸਟਮ ਸੁਰੱਖਿਆ ਜਾਂਚਾਂ ਦੀ ਬੰਦਿਸ਼ ਨਹੀਂ ਹੋਵੇਗੀ। ਢੋਆ ਢੁਆਈ ਦੀ ਖੁੱਲ੍ਹ ਹੋਵੇਗੀ ਪਰ ਕੁਝ ਆਰਥਿਕ ਸੇਵਾਵਾਂ ਅਜੇ ਅਸਪਸ਼ਟ ਹਨ। ਪੇਸ਼ੇਵਾਰ ਕਿੱਤਿਆਂ ਨਾਲ ਸੰਬੰਧਿਤ ਲੋਕਾਂ ਦੀ ਯੋਗਤਾ ਹੁਣ ਖੁਦ ਬਖੁਦ ਮਾਨਤਾਯੋਗ ਨਹੀਂ ਹੋਵੇਗੀ, ਜਿਵੇਂ ਡਾਕਟਰਾਂ, ਨਰਸਾਂ ਅਤੇ ਆਰਕੀਟੈਕਟ ਆਦਿ। ਯਾਤਰਾ ਕਰਨ ਲਈ ਵੀ ਹੁਣ ਨਿਯਮਾਂ ਵਿੱਚ ਤਬਦੀਲੀ ਹੋਈ ਹੈ। ਯੂਕੇ ਦੇ ਨਾਗਰਿਕਾਂ ਨੂੰ ਹੁਣ 1 ਜਨਵਰੀ 2021 ਤੋਂ ਯੂਰਪੀ ਦੇਸ਼ਾਂ ਵਿੱਚ 90 ਦਿਨ ਤੋਂ ਵੱਧ ਸਮਾਂ ਰਹਿਣ ਲਈ ਵੀਜ਼ੇ ਦੀ ਲੋੜ ਹੋਵੇਗੀ ਅਤੇ ਇਸ ਲਈ ਸਰਹੱਦਾਂ 'ਤੇ ਯੂਕੇ ਯਾਤਰੀਆਂ ਦੀ ਪਹਿਲਾਂ ਨਾਲੋਂ ਵੱਧ ਜਾਂਚ ਹੋਵੇਗੀ। ਯੂਰਪੀ ਸੰਘ ਵਾਲੇ ਪਾਸਪੋਰਟ ਹੁਣ ਯੋਗ ਨਹੀਂ ਹੋਣਗੇ। ਬਰਤਾਨੀਆ ਲੋਕ ਅਜੇ ਵੀ ਯੂਰਪੀਨ ਦੇਸ਼ਾਂ ਵਿੱਚ ਐਮਰਜੈਂਸੀ ਸਿਹਤ ਸੇਵਾ ਲੈ ਸਕਦੇ ਨੇ। ਭਵਿੱਖ ਵਿੱਚ ਉਹਨਾਂ ਨੂੰ ਯੂਰਪੀਨ ਹੈਲਥ ਇੰਸ਼ੋਰੈਂਸ ਨੂੰ ਯੂਕੇ ਗਲੋਬਲ ਹੈਲਥ ਇੰਸ਼ੋਰੈਂਸ ਕਾਰਡ ਵਿੱਚ ਤਬਦੀਲ ਕਰਨ ਦੀ ਲੋੜ ਹੋਵੇਗੀ। ਯੂਕੇ ਅਤੇ ਯੂਰਪ ਅੰਤਰਰਾਸ਼ਟਰੀ ਮੋਬਾਈਲ ਰੋਮਿੰਗ ਲਈ ਵਾਜਬ ਅਤੇ ਪਾਰਦਰਸ਼ੀ ਦਰਾਂ 'ਤੇ ਸਹਿਯੋਗ ਕਰਨਗੇ। ਯੂਕੇ ਦਾ ਹੁਣ ਸਮੁੰਦਰੀ ਪਾਣੀ 'ਤੇ ਖੁਦ ਦਾ ਅਧਿਕਾਰ ਹੋਵੇਗਾ। ਮੱਛੀ ਕਾਰੋਬਾਰ ਲਈ ਉਹ ਖੁਦ ਫੈਸਲਾ ਲਵੇਗਾ। ਲੇਕਿਨ ਕੁਝ ਵਰ੍ਹੇ ਯੂਰਪੀਨ ਕਿਸ਼ਤੀਆਂ ਵੀ ਯੂਕੇ ਦੇ ਅਧਿਕਾਰ ਖੇਤਰ ਵਿੱਚੋਂ ਮੱਛੀਆਂ ਫੜਦੀਆਂ ਰਹਿਣਗੀਆਂ। ਲੇਕਿਨ 25% ਹਿੱਸਾ ਯੂਕੇ ਲਈ ਉਪਲਬਧ ਹੋਵੇਗਾ, ਜਦਕਿ ਅਗਲੇ 5 ਸਾਲਾਂ ਵਿੱਚ ਪੜਾਅਵਾਰ ਤਬਦੀਲੀ ਹੁੰਦੀ ਰਹੇਗੀ। ਨਿਰਧਾਰਿਤ ਸਮੇਂ ਤੋਂ ਬਾਅਦ ਯੂਕੇ ਅਤੇ ਯੂਰਪ ਵਿੱਚ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਭਵਿੱਖੀ ਸਮਝੌਤੇ ਕਰਨਗੇ। ਯੂਕੇ ਵਿੱਚ ਹੁਣ ਨੰਬਰ ਆਧਾਰਿਤ ਪ੍ਰਵਾਸ ਨੀਤੀ ਕੰਮ ਕਰੇਗੀ, ਜਿਸ ਤਹਿਤ ਯੂਰਪੀ ਸੰਘ ਤੋਂ ਬਾਹਰਲੇ ਪੇਸ਼ੇਵਾਰ ਲੋਕਾਂ ਨੂੰ ਬਰਾਬਰ ਦੇ ਮੌਕੇ ਮਿਲਣਗੇ। ਯੂਕੇ ਵਿਸ਼ਵ ਭਰ ਦੇ ਹੁਨਰਮੰਦ ਲੋਕਾਂ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ। ਇਸ ਨਾਲ ਹੋਰ ਮੁਲਕਾਂ ਦੇ ਲੋਕਾਂ ਨੂੰ ਯੂਕੇ ਆਉਣ 'ਤੇ ਅਤੇ ਕੰਮ ਕਰਨ ਦੇ ਪਹਿਲਾਂ ਨਾਲੋਂ ਵੱਧ ਮੌਕੇ ਮਿਲਣਗੇ। ਯੂਰਪੀ ਸੰਘ ਦੇ ਮੈਂਬਰ ਵਜੋਂ ਯੂਕੇ 70 ਦੇਸ਼ਾਂ ਨਾਲ ਹੋਏ ਵਪਾਰਕ ਸੌਦਿਆਂ ਵਿੱਚੋਂ 40 ਵਪਾਰਕ ਸੰਧੀਆਂ ਦਾ ਹਿੱਸੇਦਾਰ ਹੋਵੇਗਾ। 2018 ਵਿੱਚ ਇਹਨਾਂ ਸੰਧੀਆਂ ਦੀ 11% ਯੂਕੇ ਵਪਾਰ ਵਿੱਚ ਨੁਮਾਇੰਦਗੀ ਸੀ, ਜਿਨ੍ਹਾਂ ਵਿੱਚੋਂ 29 ਸੰਧੀਆਂ ਆਪਣੇ ਆਪ 1 ਜਨਵਰੀ 2021 ਤੋਂ ਯੂਕੇ ਨਾਲ ਸ਼ੁਰੂ ਹੋ ਜਾਣਗੀਆਂ, ਜਦਕਿ 10 ਦੇਸ਼ਾਂ ਨਾਲ ਯੂਕੇ ਦੀਆਂ ਵਪਾਰਕ ਸੰਧੀਆਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਲੇਕਿਨ ਹੁਣ ਸਭ ਤੋਂ ਵੱਡਾ ਵਪਾਰਕ ਸਮਝੌਤਾ ਭਾਰਤ ਨਾਲ ਹੋਣ ਦੀਆਂ ਖਬਰਾਂ ਆ ਰਹੀਆਂ ਨੇ। ਭਾਰਤ ਅਤੇ ਯੂਕੇ ਪਹਿਲਾਂ ਵੀ ਦੁਵੱਲੇ 41.2 ਬਿਲੀਅਨ ਪਾਉਂਡ ਦੇ ਕਾਰੋਬਾਰ ਕਰ ਰਹੇ ਨੇ, ਲੇਕਿਨ ਭਵਿੱਖ ਵਿੱਚ ਭਾਰਤ ਅਤੇ ਯੂਕੇ ਦਾ ਇਹ ਕਾਰੋਬਾਰ 100 ਬਿਲੀਅਨ ਪਾਉਂਡ ਤੱਕ ਜਾਣ ਦੀਆਂ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ। ਇਹ ਵਪਾਰਕ ਸਮਝੌਤੇ 1 ਜਨਵਰੀ 2021 ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਭਾਰਤ ਫੇਰੀ ਦੇ ਮੌਕੇ ਹੋਣ ਦੀਆਂ ਸੰਭਾਵਨਾਵਾਂ ਨੇ। ਯੂਕੇ ਅਤੇ ਭਾਰਤ ਦੇ ਰਿਸ਼ਤੇ ਲੰਬੇ ਸਮੇਂ ਤੋਂ ਦੋਸਤਾਨਾ ਰਹੇ ਹਨ। ਬਰਤਾਨਵੀ ਸਰਕਾਰ ਵਿੱਚ 2 ਅਹਿਮ ਅਹੁਦੇ ਭਾਰਤੀ ਮੂਲ ਦੇ ਲੋਕਾਂ ਦੇ ਕੋਲ ਨੇ, ਜਿਨ੍ਹਾਂ ਵਿੱਚੋਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਜੋ ਮੂਲ ਰੂਪ ਵਿੱਚ ਗੁਜਰਾਤੀ ਪਰਿਵਾਰ ਵਿੱਚੋਂ ਹੈ ਅਤੇ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗੁਜਰਾਤੀ ਨੇ। ਬਰਤਾਨੀਆ ਦੇ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਭਾਵੇਂ ਪੰਜਾਬੀ ਪਿਛੋਕੜ ਵਾਲੇ ਨੇ, ਪਰ ਉਹਨਾਂ ਦੀ ਪਤਨੀ ਅਕਸ਼ਾਤਾ ਮੂਰਤੀ ਭਾਰਤ ਦੇ ਉੱਘੇ ਕਾਰੋਬਾਰੀ ਨਰਾਇਣ ਮੂਰਤੀ ਦੀ ਬੇਟੀ ਹੈ। ਇੱਥੇ ਹੀ ਬਸ ਨਹੀਂ, ਕਾਰੋਬਾਰੀ ਮੰਤਰੀ ਅਲੋਕ ਸ਼ਰਮਾ ਵੀ ਭਾਰਤ ਮੂਲ ਦੇ ਨੇ। ਪ੍ਰਧਾਨ ਮੰਤਰੀ ਬੋਰਿਸ ਦੀ ਪਹਿਲੀ ਪਤਨੀ ਵੀ ਭਾਰਤ ਮੂਲ ਦੀ ਹੈ, ਜਿਸ ਕਰਕੇ ਪ੍ਰਧਾਨ ਮੰਤਰੀ ਬੋਰਿਸ ਭਾਰਤ ਬਾਰੇ ਕਾਫ਼ੀ ਚੰਗੀ ਤਰ੍ਹਾਂ ਜਾਣਦੇ ਨੇ। ਲੰਡਨ ਦੇ ਮੇਅਰ ਹੁੰਦੇ ਹੋਏ ਵੀ ਬੋਰਿਸ ਜੌਨਸਨ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਉਸ ਮੌਕੇ ਵੀ ਉਹਨਾਂ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੰਨਿਆ ਜਾ ਰਿਹਾ ਕਿ ਯੂਰਪ ਤੋਂ ਵੱਖ ਹੋਣ ਤੋਂ ਬਾਅਦ ਯੂਕੇ ਦੀਆਂ ਨਜ਼ਰਾਂ ਭਾਰਤ 'ਤੇ ਟਿਕੀਆਂ ਹੋਈਆਂ ਨੇ, ਜਿਸ ਦਾ ਇੱਕ ਕਾਰਨ ਬਰਤਾਨੀਆ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਖਟਾਸ ਵੀ ਹੈ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਯੂਕੇ ਅਤੇ ਭਾਰਤ 26 ਜਨਵਰੀ 2021 ਦੌਰਾਨ ਕੀ ਨਵਾਂ ਕਰਦੇ ਨੇ। ਦੱਸਣਯੋਗ ਹੈ ਕਿ ਇਸ ਸਮੇਂ ਯੂਕੇ ਵਿੱਚ 842 ਭਾਰਤੀ ਕੰਪਨੀਆਂ ਅਤੇ ਭਾਰਤ ਵਿੱਚ 400 ਤੋਂ ਵੱਧ ਬਰਤਾਨੀਆ ਕੰਪਨੀਆਂ ਕਾਰੋਬਾਰ ਕਰ ਰਹੀਆਂ ਨੇ। ਇੱਥੇ ਹੀ ਬਸ ਨਹੀਂ, ਵਿਸ਼ਵ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਭਾਰਤ ਵਿੱਚ ਵਿਸ਼ਵ ਦੀ 50% ਵੈਕਸੀਨ ਬਣ ਰਹੀ ਹੈ। ਮਹਾਂਮਾਰੀ ਦੇ ਦੌਰਾਨ ਭਾਰਤ ਤੋਂ 11 ਬਿਲੀਅਨ ਮਾਸਕ ਅਤੇ 3 ਮਿਲੀਅਨ ਪੈਰਾਸੀਟਾਮੋਲ ਯੂਕੇ ਆਈ ਸੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।